ਚੋਪੜਾ ਸਾਹਿਬ ਇਹ ਦੱਸੋ ਵੀ ਤੁਹਾਡਾ ਮਿਨੀ ਗੈਸਟ੍ਰਿਕ ਬਾਈਪਾਸ ਹੋਏ ਨੂੰ ਕਿੰਨੀ ਦੇਰ ਹੋ ਗਈ 26/9/2014 ਨੂੰ ਹੋਇਆ ਸੀ ਜੀ ਤਕਰੀਬਨ ਡੇਢ ਮਹੀਨਾ ਹੋ ਗਿਆ ਅੱਛਾ ਹੁਣ ਤੁਸੀਂ ਕਿਵੇਂ ਦੀ ਡਾਈਟ ਕਿਵੇਂ ਦੀ ਲੈ ਰਹੇ ਹੋ ਕਿੰਨਾ ਖਾ ਰਹੇ ਹੋ ਮੈਂ ਸੰਤੁਸ਼ਟ ਹਾਂ ਜੀ ਖਾਣ ਤੇ ਅੱਛਾ ਦਿਲ ਕਰਦਾ ਤਾਂ ਕਿੰਨਾ ਕੁ ਇੱਕ ਕਟੋਰੀ ਸਬਜ਼ੀ ਦੀ ਆਰਾਮ ਨਾਲ ਖਾ ਸਕਦੇ ਨਹੀਂ ਵੱਧ ਇੱਕ ਕਟੋਰੀ ਅੱਛਾ ਕੋਈ ਵਧੀਆ ਸਬਜ਼ੀ ਬਣੀ ਹੋਵੇ ਫੁਲਕਾ ਵਗੈਰਾ ਰੋਟੀ ਰੋਟੀ ਕਿੰਨੀ ਖਾ ਅੱਧਾ ਫੁਲਕਾ ਅੱਧਾ ਫੁਲਕਾ ਅੱਛਾ ਬਟ ਇੱਦਾਂ ਕੋਈ ਵੋਮਿਟਿੰਗ ਉਲਟੀ ਦੀ ਫੀਲਿੰਗ ਦਾ ਕੋਈ ਐਸੀ ਕੋਈ ਦਿੱਕਤ ਅੱਧਾ ਫੁਲਕਾ ਆਰਾਮ ਨਾਲ ਖਾਦਾ ਜਾਂਦਾ ਹਾਂ ਖਾਦਾ ਜਾਂਦਾ ਅੱਛਾ Gastric bypass, where you have a relatively bigger pouch, you have some luxury to eat and some luxury to come back to normal eating quickly because the outlet of the pouch in mini gastric bypass is bigger than the sleeve or the Roux-en-Y gastric bypass or the band. So if you want to eat more and eat quickly after surgery, say on day one or day two, if you want to eat, then we have the mini gastric bypass surgery for you.